ਸੀਬੀਆਈ ਵੱਲੋਂ ਬਰਗਾੜੀ ਅਤੇ ਦੂਸਰੇ ਮਾਮਲੇ ਨੂੰ ਲੈ ਕੇ ਚੱਲ ਰਹੇ ਕੇਸ ਨੂੰ ਬੰਦ ਕਰਨ ਸੰਬੰਧੀ ਕਲੋਜ਼ਰ ਰਿਪੋਰਟ ਦਾਖਲ ਕਰਨ ਦੇ ਰੋਸ ਵਜੋਂ ਅੱਜ ਸਮੂਹ ਸਿੱਖ ਜਥੇਬੰਦੀਆਂ ਦਾ ਇੱਕ ਵਫਦ ਰੋਸ ਮਾਰਚ ਕੱਢਦਿਆਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਸੀਬੀਆਈ ਦਫ਼ਤਰ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਇਆ। ਜਿਵੇਂ ਹੀ ਵਫਦ ਚੰਡੀਗੜ੍ਹ ਪੁੱਜਾ ਤਾਂ ਪੁਲਿਸ ਨੇ ਰਸਤੇ ਵਿੱਚ ਹੀ ਬੈਰੀਕੇਡ ਲਗਾ ਕੇ ਉਹਨਾਂ ਨੂੰ ਰੋਕ ਦਿੱਤਾ। ਇਸ ਦੌਰਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਚੰਡੀਗੜ੍ਹ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆ ਕੇ ਉਹਨਾਂ ਨਾਲ ਇਸ ਸੰਬੰਧੀ ਗੱਲ ਕਰੇ। ਅਜੇ ਗੱਲਬਾਤ ਚੱਲ ਹੀ ਰਹੀ ਸੀ ਕਿ ਪੁਲਿਸ ਨੇ ਸਿੱਖ ਜਥੇਬੰਦੀਆਂ ਉੱਪਰ ਪਾਣੀ ਦੀਆਂ ਬੋਛੜਾਂ ਅਤੇ ਹੰਝੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਜਥੇਬੰਦੀਆਂ ਦੇ ਕੁਝ ਲੋਕ ਜ਼ਖਮੀ ਵੀ ਹੋ ਗਏ। ਸਮੂਹ ਸਿੱਖ ਜਥੇਬੰਦੀਆਂ ਜਿੱਥੇ ਆਪਣਾ ਇੱਕ ਮੰਗ ਪੱਤਰ ਸੀਬੀਆਈ ਨੂੰ ਦੇਣ 'ਤੇ ਹੀ ਅੜੀਆਂ ਹੋਈਆਂ ਸਨ, ਉੱਥੇ ਹੀ ਉਹਨਾਂ ਉੱਪਰ ਪਾਣੀ ਦੀਆਂ ਬੋਛੜਾਂ ਵੀ ਲਗਾਤਾਰ ਜਾਰੀ ਸਨ। ਸੀਗਾ ਜਿਹੜਾ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਦਵੀ ਕੀਤੀ ਗਈ। ਸਿੱਖ ਕੌਮ ਨੂੰ ਉਦੋਂ ਵੀ ਮੌਜੂਦਾ ਸਰਕਾਰ ਜਿਹੜੀ ਹੈਗੀ ਸੀ, ਜਿਹੜੀ ਆਪਣੇ ਆਪ ਨੂੰ ਪੰਥ ਕਹਾਉਂਦੀ ਸੀ, ਉਹ 'ਤੇ ਵਿਸ਼ਵਾਸ ਨਹੀਂ ਸੀ। ਕੌਮ ਨੇ ਸੀਬੀਆਈ ਨੂੰ ਮਹਾਨ ਕੇਂਦਰੀ ਏਜੰਸੀ ਮੰਨਦਿਆਂ ਹੋਇਆ ਇਹ ਜਿਹੜੇ ਕੇਸ ਸੌਂਪੇ ਸੀ। ਹੈਰਾਨਗੀ ਉਦੋਂ ਹੋਈ ਕਿ ਚੋਰਾਂ ਨਾਲ ਕੁੱਤੀ ਰਲੀ, ਉਹਦੀ ਇੱਕ ਤਾਜ ਵਾਲੀ ਦੁਰਘਟਨਾ ਸਾਹਮਣੇ ਹੈ, ਦੂਜਾ ਇਹਨਾਂ ਨੇ ਸੌਦੇ ਕਰ ਲਏ ਹੋਏ ਕਿ 5 ਸਾਲ ਤੂੰ ਰਾਜ ਕਰਨਾ, 5 ਸਾਲ ਮੈਂ ਕਰਨਾ। ਸੀਬੀਆਈ ਨੂੰ ਇਹਨਾਂ ਨੇ ਵਗੜਾ ਲਿਆ ਹੋਇਆ। ਵੋਟ ਰਾਜ ਨੀਤੀ ਖਾਤਰ ਜਿਹੜੀ ਸੀਬੀਆਈ ਨੇ ਕਲੂਜਰ ਰਿਪੋਰਟ ਪੇਸ਼ ਕਰ ਦਿੱਤੀ ਹੈ। ਹੱਦ ਹੋ ਗਈ ਲੋਹੜਾ ਸਾਈਂ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਰੀ ਹੋ ਜਾਂਦੇ ਨੇ ਦਿਨ ਦਿਹਾੜੇ ਬੁਰਜ ਜਵਾਹਰ ਸਿੰਘ ਤੋਂ। ਹਾਂਜੀ ਵਾਹਿਗੁਰੂ। ਬਰਗਾੜੀ ਵਿੱਚ ਅੰਗ ਅੰਗ ਖਿਲਾਰ ਦਿੱਤਾ ਜਾਂਦਾ ਗੰਦੀਆਂ ਗਲੀਆਂ ਨਾਲੀਆਂ ਵਿੱਚ, ਅਤੇ ਫਿਰ ਵੀ ਜੇ ਸਿੱਖ ਪੀਸਫੁੱਲੀ ਡੈਮੋਕ੍ਰੈਟਿਕ ਹੱਕ ਆ, ਇੱਥੇ ਕਿੰਨੀਆਂ ਜਥੇਬੰਦੀਆਂ ਕਿੰਨੀਆਂ ਧਾਰਮਿਕ ਰਾਜਨੀਤਿਕ ਆਪਣਾ ਪ੍ਰਦਰਸ਼ਨ ਕਰਦੀਆਂ ਨੇ। ਫਿਰ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆਉਂਦੇ ਹਾਂ। ਇਹਨਾਂ ਨੇ ਡੰਡਾ ਵਰਸਾਇਆ, ਗੋਲੀਆਂ ਵੀ ਚਲਾਈਆਂ, ਪੰਜਾਂ ਸਿੰਘਾਂ ਦੀਆਂ ਪੱਗਾਂ ਲਾਈਆਂ, 4-5 ਕਾਫੀ ਸਿੰਘ ਜ਼ਖਮੀ ਵੀ ਹੋਏ ਆ, ਦਸਤਾਰਾਂ ਉਤਾਰੀਆਂ। ਕੀ ਇਹ ਕੈਪਟਨ ਸਰਕਾਰ ਗੁਟਕਾ ਸਾਹਿਬ ਦੀ ਸੌਂਖ ਆ ਕਿ ਇਹ ਕਹਿੰਦੇ ਸੀ ਗੁੱਡ ਗਵਰਨੈਂਸ ਇਹਨਾਂ ਦਾ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਇਨਸਾਫ ਮੰਗਣ ਵਾਲਿਆਂ ਦੀਆਂ ਪੱਗਾਂ ਤਾਰੀਆਂ ਜਾਣਗੀਆਂ, ਇੱਜ਼ਤਾਂ ਰੋਲੀਆਂ ਜਾਣਗੀਆਂ, ਕਕਾਰਾਂ ਦੀ ਬੇਦਬੀ ਕੀਤੀ ਜਾਊਗੀ। ਹੁਣ ਇਹਨਾਂ ਦਾ ਅਗਲਾ ਹੈਗਾ ਕਿ ਅਸੀਂ ਮੰਗ ਪੱਤਰ ਦਵਾਉਂਦੇ, ਅਸੀਂ ਮੰਗ ਪੱਤਰ ਨਹੀਂ ਦਿਆਂਗੇ। ਇਹ ਦੋਸ਼ੀਆਂ ਨੂੰ ਨਹੀਂ ਫੜ ਸਕਦੇ ਜਿਨ੍ਹਾਂ ਨੇ 161 ਦਾ ਬਿਆਨ ਦਿੱਤਾ ਪ੍ਰੇਮੀਆਂ ਨੇ, ਪਰ ਅਸੀਂ ਆਪਣੇ ਆਪ ਨੂੰ ਇਹਨਾਂ ਨੂੰ ਹਾਜ਼ਰ ਕਰਦੇ ਹਾਂ ਕਿ ਸਾਨੂੰ ਜੇਲ੍ਹਾਂ ਵਿੱਚ ਰੱਖਣ। ਅੱਗੇ ਸਟੈਪ ਤਾਂ ਇਹੀ ਹੋਊਗਾ, ਫਿਰ ਜੋ ਇਹਨਾਂ ਨੇ ਕਰਨਾ, ਅਸੀਂ ਤਾਂ ਬੈਠੇ ਹੋਏ ਹਾਂ, ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਅੱਗੇ ਵਧਣ ਦੀ। ਇਹ ਰੋਕ ਰਹੇ ਨੇ, ਹੁਣ ਤਾਂ ਫਿਰ ਇਹਦੇ ਵਿੱਚੋਂ ਹੀ ਨਿਕਲਣਾ ਨਾ ਕੀ ਨਿਕਲਣਾ, ਪਰ ਅਸੀਂ ਇਹਨਾਂ ਨੂੰ ਇੱਥੋਂ ਮੰਗ ਪੱਤਰ ਕਰੋਗੇ, ਰੋਕ ਲਿਆ ਗਿਆ ਗੈਸ ਦੇ ਗੋਲੇ ਵਰਤੇ ਗਏ, ਛੋਟੇ ਪਟਾਕੇ ਵਰਤ ਗਏ, ਅੱਗੇ ਕੀ ਰਣਨੀਤੀ ਹੈ? ਅੱਗੇ ਸਾਡੀ ਰਣਨੀਤੀ, ਅਸੀਂ ਬੈਠਦੇ ਹੋਏ ਹੈਗੇ ਹਾਂ, ਸਾਡਾ ਹੱਕ ਹੈਗਾ, ਚੰਡੀਗੜ੍ਹ ਕੋਈ ਬਗਾਨਾ ਨਹੀਂ ਹੈ, ਅਸੀਂ ਰੋਸ ਮਾਰਚ ਇੱਥੇ ਕਰ ਸਕਦੇ ਹਾਂ, ਮੰਗ ਪੱਤਰ ਦੇ ਸਕਦੇ ਹਾਂ, ਪਰ ਇਹ ਸਾਡਾ ਜਿਹੜਾ ਡੈਮੋਕ੍ਰੈਟਿਕ ਹੱਕ ਹੈਗਾ ਉਹਨੂੰ ਨੱਪਿਆ ਜਾ ਰਿਹਾ, ਉਹਨੂੰ ਕੁਚਲਿਆ ਜਾ ਰਿਹਾ, ਅਤੇ ਅਸੀਂ ਇੱਥੇ ਬੈਠੇ ਹੋਏ ਹਾਂ, ਪਰ ਜੇ ਮੰਗ ਪੱਤਰ ਲੈਣ ਆਉਂਦੇ ਅਸੀਂ ਦੇਣਾ ਨਹੀਂ, ਅਸੀਂ ਜਾਂ ਤਾਂ ਤੁਰ ਕੇ ਜਾਵਾਂਗੇ ਜਾਂ ਜੇਲ੍ਹ ਜਾਵਾਂਗੇ। ਸਾਡੀ ਇਹ ਕਿੰਨੇ ਜਥੇਬੰਦੀ ਹੈ ਤੁਹਾਡੇ ਨਾਲ ਅੱਜ? ਇਹ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਕੋਈ ਜਥੇਬੰਦੀ ਨਹੀਂ, ਸਾਰੇ ਗੁਰੂ ਦੇ ਸਿੱਖ ਨੇ। ਠੀਕ ਹੈ, ਅਸੀਂ ਗੁਰਦੁਆਰਾ ਅੰਬ ਸਾਹਿਬ ਤੋਂ ਚੱਲੇ ਹਾਂ, ਅਤੇ ਗੁਰਦੁਆਰਾ ਅੰਬ ਸਾਹਿਬ ਤੋਂ ਇਹ ਗੱਲ ਕਹਿੰਦੇ ਆ ਰਹੇ ਵੀ ਨੌਜਵਾਨੋ ਸੰਵਿਧਾਨ ਦਾ ਖਿਆਲ ਰੱਖਣਾ, ਸੰਵਿਧਾਨਿਕ ਤਰੀਕੇ ਨਾਲ ਮੰਗ ਪੱਤਰ ਦੇਣਾ। ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਇਸ ਗੱਲ ਦਾ ਜਵਾਬ ਦੇਵੇ, ਜੇ ਸੰਵਿਧਾਨਕ ਤੌਰ 'ਤੇ ਗਲਤ ਸਾਂ ਤਾਂ ਸਾਰਿਆਂ ਨੂੰ ਗ੍ਰਿਫਤਾਰ ਕਰੋ, ਅਤੇ ਜੇ ਸੰਵਿਧਾਨਕ ਤੌਰ 'ਤੇ ਸਹੀ ਸਾਂ ਤਾਂ ਇਹਨਾਂ ਫੁੱਫੜਾਂ ਨੂੰ ਰੋਕਿਆ ਕਿਉਂ ਹੈ? ਅੱਜ ਵੇਖੋ ਨੌਜਵਾਨਾਂ ਨਾਲ ਕੀ ਹੋਇਆ, ਇਸ ਮੌਕੇ ਐਸਪੀ ਸਿਟੀ ਹਰਵਿੰਦਰ ਸਿੰਘ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਕਾਇਮ ਰੱਖਣਾ ਪੁਲਿਸ ਦਾ ਫਰਜ਼ ਹੈ। ਬੰਦਿਆਂ ਨੇ ਇੱਥੇ ਸਤਿਕਾਰ ਕਮੇਟੀ ਵੱਲੋਂ ਇੱਥੇ ਸਾਡੇ ਕੋਲ ਸੰਗਤ ਆਈ ਹੈ, ਉਹਨਾਂ ਨੇ ਮੁੱਖ ਮੰਗ ਉਹਨਾਂ ਦੇ ਸੀਬੀਆਈ ਦਫ਼ਤਰ ਦੇ ਵਿੱਚ ਜਾ ਕੇ ਮੰਗ ਪੱਤਰ ਦੇਣੀ ਹੈ ਰਿਗਾਰਡਿੰਗ ਬਰਗਾੜੀ ਕਾਂਡ ਦੇ ਸੰਬੰਧੀ, ਜੋ ਸੀਬੀਆਈ ਦੀ ਕਲੋਜ਼ ਰਿਪੋਰਟ ਨੂੰ ਲੈ ਕੇ ਕੋਈ ਇਸ਼ੂ ਹੈ। ਉਹ ਅਸੀਂ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਜਿਹੜੀ ਹੈ, ਕਿਉਂਕਿ ਹੱਥ ਚੰਡੀਗੜ੍ਹ ਪ੍ਰਸ਼ਾਸਨ ਦੀ ਆਫਿਸ ਸਾਡੇ ਚੰਡੀਗੜ੍ਹ ਏਰੀਆ ਯੂਟੀ ਦੇ ਵਿੱਚ ਪੈਂਦੇ ਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਇਹਨਾਂ ਦੇ ਪੰਜ ਸਿੰਘ ਅਲੋਅ ਕੀਤੇ ਆ, ਉਹ ਆਪਣਾ ਜਿਹੜਾ ਫੀਸ ਪੇ ਮੰਗ ਪੱਤਰ ਦੇ ਗਿਆ ਬੰਦ ਕਰ ਲਿਆ। ਇਹਨਾਂ ਦਾ ਰੋਸਾ ਵੀ ਪਾਣੀ ਦੇ ਜਦੋਂ ਲਾਡ ਆਰਡਰ ਦੀ ਸਿਚੁਏਸ਼ਨ ਹੁੰਦੀ ਹੈ ਜਾਂ ਐਪਰੀਹੈਂਸ਼ਨ ਹੁੰਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਕਿਸੇ ਵਿਅਕਤੀ ਨਾਲ ਕੋਈ ਇਸ ਤਰ੍ਹਾਂ ਦੀ ਲਾਡ ਆਰਡਰ ਦੀ ਸਿਚੁਏਸ਼ਨ ਕ੍ਰੀਏਟ ਨਾ ਹੋਵੇ, ਤਾਂ ਉਹ ਸੀ ਮੈਟਰ ਨੋਰਮਲ ਜੋ ਵੀ ਇਹਨਾਂ ਦਾ ਪ੍ਰੋਟੈਸਟ ਸੀ ਅੱਗੇ ਜਾਣ ਵਾਸਤੇ ਸੀ, ਉਹਦੇ ਵਿੱਚ ਲੀਗਲੀ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਦੇ ਪ੍ਰਸ਼ਾਸਨ ਨੂੰ ਦੇਖਣਾ ਹੈਗਾ। ਬਾਕੀ ਇਹਨਾਂ ਦੀ ਵੀ ਜਿਹੜੀ ਮੰਗ ਪੱਤਰ ਲੈ ਕੇ ਗਏ ਹੋਏ ਨੇ, ਬਾਕੀ ਪੀਸਫੁੱਲ ਸੰਗਤ ਇੱਥੇ ਬੈਠੀ ਹੈ, ਕੋਈ ਐਸਾ ਇਸ਼ੂ ਨਹੀਂ।